स्वागत है किसान वीरो तुहाडा सिद्ध कडेरी फार्मिंग दे विच। किसान वीरो अज जिहड़ी वीडियो बना रहे हैं पिंड दीपगढ़ ये बरनाले जिले का पिंड भदौड़ के बिल्कुल नेड़ है। भदौड़ तो रामगढ़ रोड के उत्ते दोस्तों ये पिंड आउंदा है ते रामगढ़ पिंड जिहड़ा ओह मोगे तो बरनाला रोड के उत्ते है। सो भदौड़ के नेड़े दीपगढ़ पिंड चो वीडियो बना रहे हैं ते जिहड़े घर चो वीडियो बना रहे हैं बई वपार का काम करदा है पशु रूटीन चाहते हैं। अज थोनू दो गावं दिखाऊंगा हालांकि मझां भी विक्री वास्ते इत्थे होंदियां। आओ गलबात करते हैं दोस्तों एक एच एफ नसल की गां ताजी सूई भी ते एक जर्सी ये भी ताजी सूई भी है। आओ डिटेल बाई तो पुछ के फिर थोनू नग तोड़ के दिखावांगे। बाई सत श्रीकाल। सत श्रीकाल बाई। नाम दसी मेरा। नाम बाई अपना गुरसेवक जी पिंड दीपगढ़। गुरसेवक बाई अज जिहड़ी है पहले नंबर ते गां किन मसूआ रेट की रखना ਰੇਟ ਆਪਾਂ ਦੇਣ ਲੈਣ ਜਾ ਜੀ 55,000 ਰੁਪਏ ਦੀ ਜਿਸ ਨੂੰ ਹੀ ਹੈਗੀ ਠੀਕ ਹੈ ਥੋੜੀ ਜਿਹਾ ਤਾਜ਼ੀ ਸੂਈ ਤਾਂ ਵੀ ਲੇਸੀ ਲੱਗਦੀ ਆ ਇੱਕ ਇਹਨਾਂ ਤੋਂ ਡਰਾਈ ਥੋੜੀ ਜਿਹੀ ਔਖੀ ਹੋਈ ਆ ਠੀਕ ਹੈ ਇਹ ਬਾਈ ਕਹਿੰਦੇ ਆਪਾਂ 20 ਲੀਟਰ ਦੀ ਗਰੰਟੀ ਤੇ ਦੇਣੀ ਆ ਠੀਕ ਹੈ ਹਾਂ ਤੋਰੀ ਬਾਈ ਦੋਸਤੋ 55,000 ਜਿਸ ਨੂੰ ਵਾਲੀ ਗੱਲ ਹੀ ਆ ਥਣ ਸੋਹਣਾ ਹੈ ਕੱਦ ਚੰਗਾ ਹੈ ਬੱਚਾ ਵੱਛੀ ਦਿੱਤੀ ਹੈ ਤੇ ਵੱਛੀ 4 ਲੀਟਰ ਤੋਂ ਵੀ ਸੁਭਾ ਸੂਈ ਹੋਈ ਠੀਕ ਹੈ ਡੈਨਮਾਰਕ ਦੇ ਕਿਸੇ ਬੁੱਲ ਦੀ ਵੱਛੀ ਹੈ ਬੋਲਾ 4 ਲੀਟਰ ਬਾਈ ਕਹਿੰਦਾ ਵੀ ਇਹਦਾ ਉਹ ਕੱਢਿਆ ਹੋਇਆ ਕਿਉਂਕਿ ਜੇਰ ਪੈਣ ਵਾਸਤੇ ਜ਼ਰੂਰੀ ਹੁੰਦਾ ਵੀ ਦੁੱਧ ਥੋੜ੍ਹਾ ਬਹੁਤ ਚੋਇਆ ਜਾਵੇ ਚੰਗੇ ਕੱਦ ਦੀ ਚੰਗੀ ਵੇਲ ਦੀ ਗਾਂ ਦੱਸੋ ਜਿਹਨੂੰ ਪਸੰਦ ਆਵੇ ਥਣ ਬਹੁਤ ਸੋਹਣੇ ਹੱਥੀ ਚਵਾਈ ਵਾਲਾ ਮੋਟਾ ਥਣ ਕੱਦ ਕਾਠ ਬੈਠਦਾ ਤੁਸੀਂ ਦੇਖ ਸਕਦੇ ਹੋ ਸੋ ਚੰਗਾ ਦੁੱਧ ਪਿਛਲੇ ਸੂਏ 'ਚ ਦਿੱਤਾ ਇਸ ਵਾਰ ਵੀ ਚੰਗੇ ਦੀ ਉਮੀਦ ਹੈ 55,000 ਲਗਭਗ ਇਹਦਾ ਫਿਕਸ ਰੇਟ ਹੈ ਅਤੇ ਵੱਛੀ ਇਹਦੇ ਨਾਲ ਹੈ ਜਿਹੜੀ ਸਾਹਮਣੇ ਬੈਠੀ ਹੈ ਠੰਡੀ ਸੀ ਕੋਈ ਚੱਕਰ ਨਹੀਂ ਜਿਵੇਂ ਮਾਰ ਠੀਕ ਹੈ ਠੀਕ ਹੈ ਓਕੇ ਠੰਡੀ ਸੀਲ ਫੁੱਲ ਆ ਦੱਸੋ ਠੀਕ ਹੈ ਭਾਈ ਓਕੇ ਸਹੀ ਹੈ ਅੱਛਾ ਜਿਹੜੀ ਇਹ ਜਰਸੀ ਹੈ ਇਹ ਗਰਸੇ ਕਿੰਨਾ ਸੀ ਇਹ ਦੂਜਾ ਸੂਆ ਸੂਈ ਹੈ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਇਹ ਕੱਲ ਸੂਆ ਸੂਈ 4 ਵਜੇ ਕੱਲ ਸੂਆ ਹਾਂਜੀ ਠੀਕ ਹੈ ਇਹਦਾ ਰੇਟ ਕੀ ਰੱਖੇਗਾ ਇਹ 44,000 ਰੁਪਏ ਰੇਟ ਹੈ 44 ਥੋੜਾ ਬਹੁਤ ਆਪਾਂ ਮਾਨਤਾਨ ਕਰ ਦਾਂਗੇ ਬੱਚਾ ਇਹਦੇ ਨਾਲ ਕੀ ਬੱਚਾ ਬੱਚਾ ਜੀ ਠੀਕ ਹੈ ਤੇ ਬੋਲਾ ਵੀ ਇਸ ਟਾਈਮ 10 ਕਿਲੋ ਤੋਂ ਬਾਹਰ ਬਾਹਰ ਆਗਾ ਠੀਕ ਹੈ 10 ਤੋਂ 100 ਗ੍ਰਾਮ ਵੱਧ ਜੂਗਾ ਘਟਦਾ ਨਹੀਂ ਠੀਕ ਹੈ 15-16 ਕਿਲੋ ਦੁੱਧ ਪਾ ਦੂ ਆਰਾਮ ਨਾਲ ਦੇ ਜੂ ਜੀ 15 ਪਲੱਸ ਠੀਕ ਤੋਰੀ ਦੋਸਤੋ ਛੋਟੇ ਕੱਦ ਕਾਠ ਚ ਹੈ ਵਜਨ ਚੰਗਾ ਲੱਤਾਂ ਮਜ਼ਬੂਤ ਹੈ ਇਹਦੀਆਂ ਪੂਰੀਆਂ ਥਣ ਬਹੁਤ ਸੋਹਣਾ ਤੇ ਹਵਾਨਾ ਬਹੁਤ ਸੋਹਣਾ ਜਰਸੀ ਨਸਲ ਚ ਪੈਂਦੀ ਹੈ ਹਵਾਨਾ ਚੰਗਾ ਦਿਖਾ ਰਹੀ ਹੈ ਤੇ ਵੀਡੀਓ ਬਣਾਉਣ ਦਾ ਟਾਈਮ 2:15 ਦਾ ਥਣ ਇਹਦੇ ਹੱਥੀ ਚਵਾਈ ਵਾਸਤੇ ਬਹੁਤ ਸੋਹਣਾ ਥਣ ਹੈ ਹਵਾਨਾ ਜਿਹੜਾ ਉਹ ਵੀ ਤੁਸੀਂ ਦੇਖ ਸਕਦੇ ਹੋ ਇਹਨੇ ਬੱਚਾ ਵੱਛਾ ਦਿੱਤਾ ਸੋ ਜਿਹਨੂੰ ਜਰਸੀ ਪਸੰਦ ਹੈ ਉਹ ਵੀਰ ਜਰਸੀ ਵਾਸਤੇ ਕੰਟੈਕਟ ਕਰ ਲੇ ਦੁੱਧ ਚੰਗਾ ਪਾਊਗੀ ਜਰਸੀ ਕਿਉਂਕਿ ਥਣਾਂ ਦੀ ਸੋਹਣੀ ਹੈ ਢਾਂਚੇ ਦੀ ਚੰਗੀ ਹੈ ਜਿੱਧਰ ਦੀ ਮਰਜ਼ੀ ਆਣਾ ਪਾਓ ਨਾ ਪਾਓ ਠੀਕ ਹੈ ਚਵਾਈ ਦੇਖ ਸਕਦੇ ਹੋ ਬਿਨਾਂ ਨਿਆਣੇ ਤੋਂ ਬਾਈ ਧਾਰਾ ਬਸ ਠੀਕ ਹੈ ਓਕੇ ਸੋ ਬਹੁਤ ਸੋਹਣੀ ਵੈੜ ਦੋਸਤੋ ਇਹ ਵੀ ਤੁਹਾਨੂੰ ਪਸੰਦ ਆਊਗੀ ਚੰਗਾ ਹਵਾਨਾ ਦਿਖਾਉਂਦੀ ਹੈ ਬਾਕੀ ਅਜੇ ਵੀਡੀਓ ਜਿਹੜੀ ਉਹ ਮੈਂ ਦੁਪਹਿਰ ਦੇ ਟਾਈਮ ਵੀ ਬਣਾ ਰਿਹਾ ਸੋ 2 ਨਗ ਦੋਸਤੋ ਅੱਜ ਵਿਕਰੀ ਵਾਲੇ ਆ ਜਿਹਦੇ 'ਚ ਪਹਿਲੇ ਨੰਬਰ 'ਤੇ ਐਚ ਐਫ ਦਿਖਾਈ ਹੈ ਚੰਗੇ ਕੱਦ ਕਾਠ ਦੀ ਸੋਹਣੇ ਥਣਾਂ ਦੀ ਇਹ ਵੀ ਵੈੜ ਚੋ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਬਿਲਕੁਲ ਤਾਜ਼ੀ ਸੂਈ ਅੱਜ ਸੁਬਾਹ ਹੀ ਅਤੇ ਨਾਲ ਇੱਕ ਕੱਲ੍ਹ ਦੀ ਸੂਈ ਜਰਸੀ ਵੈੜ ਸੋ ਨਗ 2 ਆ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ 'ਤੇ ਹੈ ਰੇਟ ਵੀਡੀਓ 'ਚ ਹੋ ਗਿਆ ਬਾਕੀ ਇਹਦੇ 'ਚੋਂ ਥੋੜ੍ਹਾ ਬਹੁਤ ਰੇਟ ਮਾਨਤਾਨ ਹੋ ਜਾਂਦਾ ਹੁੰਦਾ ਉਹ ਤੁਸੀਂ ਸਾਰੇ ਹੀ ਜਾਣਦੇ ਹੋ ਧੰਨਵਾਦ।